ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਜੋ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦੀ ਗੱਲ ਆਖੀ ਗਈ ਸੀ ਉਸ ਦੇ ਤਹਿਤ ਦਿੱਲੀ ਵਿਖੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਇਸ ਬਾਬਤ ਗੱਲਬਾਤ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਦੇ ਵੱਡਾ ਬਿਆਨ ਦਿੱਤਾ ਹੈ। ਸਰਦਾਰ ਸੰਧੂ ਨੇ ਕਿਹਾ ਕਿ ਇਸ ਟਰੈਕਟਰ ਮਾਰਚ ਦੌਰਾਨ ਜੋ ਵੀ ਘਟਨਾਵਾਂ ਵਾਪਰੀਆਂ ਉਸ ਵਿੱਚ ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਪਹਿਲਕਦਮੀ ਕੀਤੀ ਉਹਨਾਂ ਦਾ ਕਿਸੇ ਵੀ ਜਥੇਬੰਦੀ ਜਾਂ ਸੰਯੁਕਤ ਮੋਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਦੀਆਂ ਜਥੇਬੰਦੀਆਂ ਪਿਛਲੇ ਕਈ ਮਹੀਨਿਆਂ ਤੋਂ ਮੈਦਾਨ ਵਿੱਚ ਹਨ ਅਤੇ ਉਹ ਲੋਕਾਂ ਦੇ ਪੁੱਤ ਮਰਵਾਉਣ ਨਹੀਂ ਆਈਆਂ। ਸਰਦਾਰ ਸੰਧੂ ਨੇ ਸਾਫ਼ ਤੌਰ 'ਤੇ ਕਿਹਾ ਕਿ ਇਸ ਅੰਦੋਲਨ ਨੂੰ ਸਰਕਾਰੀ ਏਜੰਸੀਆਂ ਤੋਂ ਇਲਾਵਾ ਕੁਝ ਹੋਰ ਲੋਕ ਜਾਣ ਬੁੱਝ ਕੇ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਕਾਫ਼ੀ ਨਿੰਦਣਯੋਗ ਹੈ। ਮੈਂ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ। ਅਸੀਂ KMP ਤਾਂ ਸ਼ੰਭੂਵੱਡ ਦੇ ਵਿਚਾਲੇ ਟਰੈਕਟਰ ਫਸੇ ਉੱਥੇ ਖੜ੍ਹੇ ਹਾਂ। ਸਾਡੀ ਜਥੇਬੰਦੀ ਦਾ ਅਤੇ ਸੰਯੁਕਤ ਮੋਰਚੇ ਦਾ ਜੋ ਅੱਜ ਘਟਨਾਵਾਂ ਵਾਪਰੀਆਂ ਆ, ਜਿਨ੍ਹਾਂ ਨੇ ਡਿਸਿਪਲਿਨ ਤੋੜਿਆ, ਜਿਨ੍ਹਾਂ ਨੇ ਲੋਕਾਂ 'ਤੇ ਲਾਠੀਚਾਰਜ ਕਰਾਇਆ, ਜਾਂ ਜਿਨ੍ਹਾਂ ਨੇ ਲਾਲ ਕਿਲੇ 'ਤੇ ਜਾ ਕੇ ਕੋਈ ਕਾਰਵਾਈਆਂ ਕੀਤੀਆਂ ਆ, ਸਾਡੀਆਂ ਜਥੇਬੰਦੀਆਂ ਦਾ, ਸੰਯੁਕਤ ਮੋਰਚੇ ਦਾ ਅਤੇ ਜਮਹੂਰੀ ਕਿਸਾਨ ਸਭਾ ਨਾਲ ਕੋਈ ਸੰਬੰਧ ਨਹੀਂ। ਕੁਛ ਲੋਕ ਬੋਲ ਰਹੇ ਆ ਵੀ ਰਾਜੇਵਾਲ, ਕੁਲਵੰਤ ਸੰਧੂ ਅਤੇ ਟਿਕੈਤ ਕਿੱਥੇ ਆ। ਅਸੀਂ ਤਿੰਨੋਂ ਹੀ ਆਪਣੇ ਮੋਰਚਿਆਂ ਲੀਡ ਕਰ ਰਹੇ ਹਾਂ। ਸਾਡੀਆਂ ਜਥੇਬੰਦੀਆਂ ਮੈਦਾਨ ਵਿੱਚ ਆ, ਅਸੀਂ ਲੋਕਾਂ ਦੇ ਬੱਚੇ ਮਰਵਾਉਣ ਨਹੀਂ ਆਏ। 8 ਮਹੀਨੇ ਤੋਂ ਅਸੀਂ ਅੰਦੋਲਨ ਚਲਾ ਰਹੇ ਹਾਂ। ਜਿਹੜਾ ਅੰਦੋਲਨ ਬੜਾ ਲੋਕ ਅੰਦੋਲਨ ਬਣ ਗਿਆ ਸੀ, ਉਹਨੂੰ ਭੰਗ ਕਰਨ ਦੇ ਵਿੱਚ ਸਰਕਾਰੀ ਏਜੰਸੀਆਂ ਨੇ ਅਤੇ ਕੁਛ ਅਨਾਰਕਸ ਜਥੇਬੰਦੀਆਂ ਨੇ ਇਹ ਚੱਲਦੇ ਅੰਦੋਲਨ ਨੂੰ ਬੜੀ ਢਾਹ ਲਾਈ ਆ, ਸੱਟ ਮਾਰੀ ਆ। ਇਹਲੇ ਦੋਸ਼ੀ ਉਹ ਆ ਜਿਹੜੇ ਲੋਕਾਂ ਨੂੰ ਭੜਕਾ ਕੇ ਆ ਫਿਰ ਪਿਛਲਖੋਰੀ ਮੁੜ ਕੇ ਆਏ ਆ, ਅਤੇ ਹੁਣ ਲੋਕਾਂ ਨੂੰ ਅਪੀਲ ਕਰ ਰਹੇ ਆ 3:25 'ਤੇ ਕਿ ਮੁੜ ਕੇ ਕੁੰਡਲੀ ਵਾਡੇ 'ਤੇ ਚਲ ਜਾਓ। ਜੇ ਮੁੜ ਕੇ ਕੁੰਡਲੀ ਵਾਡੇ 'ਤੇ ਜਾਣਾ ਸੀ ਪਹਿਲਾਂ ਨਾਕੇ ਤੋਂ ਸਵੇਰੇ 7 ਵਜੇ ਤੋਂ ਆਉਣ ਦੀ ਕੀ ਲੋੜ ਸੀ? ਪ੍ਰੋਗਰਾਮ 10 ਵਜੇ ਤੋਂ ਆਉਂਦਾ ਸੀ, 7 ਵਜੇ ਜਾ ਕੇ ਥੋੜ੍ਹੇ ਜਿਹੇ ਬੰਦੇ, ਕੁਛ ਸੈਂਕੜੇ ਲੋਕਾਂ ਨੇ ਨਾਕੇ ਕਿਵੇਂ ਤੋੜਤੇ? ਇਹ ਪੁਲਿਸ ਦੀ ਸਲਾਹ ਤੋਂ ਬਿਨਾਂ ਨਹੀਂ ਹੋ ਸਕਦਾ। ਇਹਦੇ ਲਈ ਸਰਕਾਰੀ ਏਜੰਸੀਆਂ ਅਤੇ ਅਨਾਰਕਸ ਲੋਕਾਂ ਦੀ ਵਿਚਾਰਧਾਰਾ ਹੈ, ਉਹਨੇ ਨੁਕਸਾਨ ਕੀਤਾ। ਇਦੋਂ ਵੀ ਜ਼ਿਆਦਾ ਅਜੀਬ ਕਹਾਣੀ ਇਹ ਆ ਵੀ ਲਾਲ ਕਿਲੇ 'ਤੇ 100-150 ਬੰਦਾ 2 ਘੰਟੇ ਖੜ੍ਹੇ ਰਿਹਾ ਕਿਸਾਨ, ਕਿਸੇ ਨੇ ਜਾ ਕੇ ਪੁਲਿਸ ਨੇ ਦਖਲ ਨਹੀਂ ਦਿੱਤਾ, ਕਿਸੇ ਨੇ ਉਹਨਾਂ ਨੂੰ ਬੇਨਤੀ ਨਹੀਂ ਕੀਤੀ, ਕਿਸੇ ਨੇ ਉਹਨਾਂ ਨੂੰ ਕਿਹਾ ਨਹੀਂ ਕੁਛ ਵੀ। ਉਲਟਾ ITI ਤੋਂ ਮੋੜ ਕੇ ਹਜੂਮ ਲਾਲ ਕਿਲੇ ਤੱਕ ਲਿਆਂਦਾ। ਪਹਿਲਾਂ ITO ਦੇ ਕਿਸਾਨ ਕੁੱਟੇ, ਫਿਰ ਮੁੜ ਕੇ ਲਾਲ ਕਿਲੇ ਦੇ ਕੁੱਟੇ ਆ। ਇਹ ਕਿਹਦੀ ਪੋਲਿਸੀ ਆ, ਕਿਹਦੇ ਵੱਲੋਂ ਆ? ਜਿਹੜੇ ਡਿਸਿਪਲਿਨ ਤੋੜਦੇ ਆ ਉਹਦੇ ਕਰਕੇ ਇਹ ਘਟਨਾਵਾਂ ਵਾਪਰਦੀਆਂ। ਇਹ ਅੰਦੋਲਨ ਨੂੰ ਜਿਹੜਾ ਇੰਨੇ ਚਿਰ ਦਾ ਚੱਲਦਾ ਸੀ 17 ਮਈ ਤੋਂ ਲੈ ਕੇ ਅੱਜ ਤੱਕ, ਜੇ 'ਚ ਕਿਸਾਨਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਗਈ, ਲੱਖਾਂ ਟਰੈਕਟਰ ਆ ਗਏ। ਹਿੰਦੁਸਤਾਨ ਦਾ ਪਹਿਲਾ ਅੰਦੋਲਨ ਸੀ ਜਿਹਨੂੰ ਨੁਕਸਾਨ ਪਹੁੰਚਾਉਣ ਲਈ ਇਹਨਾਂ ਏਜੰਸੀਆਂ ਨੇ ਕੰਮ ਕੀਤਾ। ਅਸੀਂ ਇਹਦੀ ਘੋਰ ਨਿੰਦਿਆ ਕਰਦੇ ਹਾਂ।